ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਉਸ ਵੇਲੇ ਤਰਥੱਲੀ ਮੱਚ ਗਈ ਜਦੋਂ ਲੰਗਰ ਦੀ ਦਾਲ ਵਿੱਚ ਪਲਾਸਟਿਕ ਮਿਲਾਏ ਜਾਣ ਦੀ ਖਬਰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬੀਤੇ 2 ਦਿਨਾਂ ਤੋਂ ਲੰਗਰ ਦੀ ਦਾਲ 'ਚ ਪਲਾਸਟਿਕ ਮਿਲੀ, ਜਿਸ ਕਾਰਨ ਪੱਕੀ ਹੋਈ 30 ਕਿਲੋ ਦਾਲ ਨੂੰ ਸੁੱਟਣਾ ਪਿਆ। ਦੂਜੇ ਦਿਨ ਵੀ ਦਾਲ ਬਣਾਉਂਦੇ ਸਮੇਂ ਪਲਾਸਟਿਕ ਉੱਪਰ ਆ ਗਿਆ, ਜਿਸ ਕਾਰਨ ਦਾਲ ਨੂੰ ਸੁੱਟਣਾ ਪਿਆ। ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਸੇ ਨੇ ਜੋ ਸਾਡੇ ਕੰਟੇਨਰ ਹੁੰਦਾ ਹੈ ਜੋ ਜਿਹਦੇ ਅੰਦਰ ਲੋਕ ਆ ਕੇ ਆਪਣੀ ਰਸਦ ਪਾਉਂਦੇ ਨੇ, ਦਾਲ ਚੀਨੀ ਅਲੱਗ ਅਲੱਗ ਕੰਟੇਨਰ ਰੱਖੇ ਹੁੰਦੇ ਨੇ, ਕੋਈ ਦਾਲ ਵਾਲਾ ਉਹਦੇ 'ਚ ਦਾਲ ਪਾ ਦਿੰਦਾ ਹੈ, ਚੀਨੀ ਵਾਲਾ ਚੀਨੀ ਪਾ ਦਿੰਦਾ ਹੈ, ਉਸ ਕਨਸਤਰ 'ਚ ਆ ਕੇ ਕਿਸੇ ਨੇ ਉਸ ਕੰਟੇਨਰ ਅੰਦਰ ਕੋਈ ਪਲਾਸਟਿਕ ਦੀ ਜਿਹੜੀ ਇੱਕ ਥੈਲੀ ਪਾਈ ਜਿਹਦੇ ਅੰਦਰ ਕੰਪਲੀਟ ਪਲਾਸਟਿਕ ਦੀਆਂ ਤਾਰਾਂ ਔਰ ਕੱਟੀਆਂ ਹੋਈਆਂ ਪਲਾਸਟਿਕ ਦੀਆਂ ਤਾਰਾਂ ਸੀਗੀਆਂ। ਉਹ ਦਾਲ ਜਦੋਂ ਬਣੀ ਤਾਂ ਪਤਾ ਲੱਗਾ ਪਲਾਸਟਿਕ ਉੱਪਰ ਆ ਗਿਆ, ਅਤੇ ਦਾਲ ਪਤਾ ਲੱਗਾ ਜੀ ਦਾਲ ਅੰਦਰ ਅਤੇ ਪਲਾਸਟਿਕ ਆ। ਸੋਚਿਆ ਕਿਸੇ ਨੇ ਗਲਤੀ ਨਾਲ ਜਾਂ ਕਿਸੇ ਨੇ ਮਿਲਾਵਟ ਕਰਕੇ ਕੋਈ ਚੀਜ਼ ਵੇਚੀ ਗਈ ਹੋਊਗੀ ਕਿਸੇ ਨੂੰ ਔਰ ਕਿਸੇ ਸ਼ਰਧਾਲੂ ਨੇ ਉਹ ਚੀਜ਼ ਲੈ ਆਉਂਦੀ ਹੋਊਗੀ। ਅਗਲੇ ਦਿਨ ਫਿਰ ਉਹੀ ਘਟਨਾਕ੍ਰਮ ਜਦੋਂ ਬੀਤਿਆ ਅਤੇ ਫਿਰ ਇਹ ਧਿਆਨ ਕੀਤਾ ਗਿਆ ਵੀ ਕੋਈ ਜਾਣ ਕੇ ਸ਼ਰਾਰਤ ਨਹੀਂ ਕਰਦਾ ਪਿਆ, ਇਸ ਨੂੰ ਚੈੱਕ ਕੀਤਾ ਜਾਵੇ। ਉਹਦੇ 'ਤੇ ਖਾਸ ਤੌਰ 'ਤੇ ਪਹਿਰਾ ਲਾਉਣ ਵਾਸਤੇ ਬੰਦਾ ਲਗਾ ਦਿੱਤਾ ਵੀ ਇਹ ਦੇਖਿਆ ਜਾਵੇ, ਔਰ ਉਹਨੇ ਦੇਖਿਆ ਆ ਕੇ ਕਿ ਕੋਈ ਦਾਲ ਜਦੋਂ ਪਾ ਰਿਹਾ ਸੀ ਉਹ ਨਾਲ ਹੀ ਆ ਕੇ ਦੇਖਣ ਲੱਗ ਪੈਂਦਾ ਸੀ ਕਿ ਪਾ ਕੀ ਰਿਹਾ। ਉਹ ਜਿਵੇਂ ਕੋਈ ਇਸਨੇ ਪਾਉਣ ਲੱਗਾ ਉਹ ਉਧਰੋਂ ਦੇਖਣ ਨੂੰ ਆਇਆ ਅਤੇ ਉਹ ਆਦਮੀ ਆਪਣਾ ਛੱਡ ਕੇ ਚਲੇ ਗਿਆ। ਜਦੋਂ ਉਹਨੇ ਆ ਕੇ ਦੇਖਿਆ ਤਾਂ ਉਹਦੇ ਅੰਦਰ ਦਾਲ ਵਾਲੇ ਕਨਸਤਰ ਦੇ ਅੰਦਰ ਇੱਕ ਥੈਲੀ ਪਈ ਸੀ ਜਿਹਦੇ ਅੰਦਰ ਨੀਲੇ ਰੰਗ ਦੇ PVC ਦੇ ਮਨਿਊਲ ਸੀਗੇ, ਪ੍ਰੋਪਰ ਸਵਾਸਤਿਕ ਕੰਪਨੀ ਤੋਂ ਖਰੀਦੀ ਹੋਈ PVC ਕੀ ਉਹ ਥੈਲੀ, ਔਰ ਉਹ 30/11/2019 ਨੂੰ ਖਰੀਦੀ ਹੋਈ ਸੀ, ਮਤਲਬ ਅੱਜ ਤੋਂ ਕੋਈ 8-10 ਦਿਨ ਪਹਿਲਾਂ ਹੀ। ਉਹ ਇਮੀਡੀਏਟਲੀ ਸਾਡੇ ਕੋਲ ਜਿਹੜਾ ਸੀਗਾ ਸਟੋਰ ਮੈਨੇਜਰ ਇੱਥੇ ਪਹੁੰਚੇ, ਉਹਨਾਂ ਨੇ ਆ ਕੇ ਸਾਨੂੰ ਸਾਰੀ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ, ਔਰ ਅਸੀਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਾਰੀ ਸਿੰਘ ਸਭਾਵਾਂ ਨੂੰ ਸਾਰੇ ਗੁਰਦੁਆਰਾ ਸਾਹਿਬਾਂ ਨੂੰ ਜਾਣਕਾਰੀ ਦਿੱਤੀ ਕਿ ਕੋਈ ਜ਼ਬਰਦਸਤ ਸ਼ਰਾਰਤੀ ਕਰਦਾ ਪਿਆ, ਸ਼ਰਾਰਤ ਕਰਦਾ ਪਿਆ। ਅਸੀਂ ਉਸਦੇ ਸੈਂਪਲ ਜਿਹੜੇ ਸੀ ਦਾਲ ਦੇ ਵੀ ਜੋ ਸੀਗੇ ਔਰ ਜੋ ਪਲਾਸਟਿਕ ਦੀ ਥੈਲੀ ਸੀ ਉਹਦੇ ਸਾਰੇ ਸੈਂਪਲ ਵਾਸਤੇ ਅਸੀਂ ਭੇਜੇ ਆ ਪੁਲਿਸ ਨੂੰ ਤਾਂ ਕਿ ਇਹਦੀ ਜਾਣਕਾਰੀ ਲਈ ਜਾਵੇ ਕਿ ਇਹਦੇ ਅੰਦਰ ਕੋਈ ਪੋਇਜ਼ਨ ਜਾਂ ਕੋਈ ਹੋਰ ਕੈਮੀਕਲ ਜਾਂ ਕੀ ਕਾਰਨ ਕੀ ਸ਼ਰਾਰਤ ਕੀਤੀ ਗਈ ਆ, ਇਹਦੀ ਵੀ ਜਾਂਚ ਸਾਹਮਣੇ ਆਵੇ। ਔਰ ਨਾਲ ਇਹ ਵੀ ਤੈਅ ਕੀਤਾ ਗਿਆ ਕਿ ਜਿਹੜਾ ਉੱਥੇ ਰਸਦ ਪਾ ਕੇ ਜਾਂਦੇ ਨੇ ਉਹਨਾਂ ਸਭ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਆਪਣੀ ਥੈਲੀ ਬੰਦ ਕਰਕੇ ਦੇ ਕੇ ਜਾਓ ਤਾਂ ਕਿ ਹਰੇਕ ਥੈਲੀ ਨੂੰ ਅਲੱਗ ਰੱਖਿਆ ਜਾ ਸਕੇ ਔਰ ਸਭ ਨੂੰ ਚੈੱਕ ਕੀਤਾ ਜਾ ਸਕੇ, ਕੋਈ ਜਾਣ ਬੁੱਝ ਕੇ ਸ਼ਰਾਰਤ ਜਾਂ ਕੋਈ ਐਸਾ ਕੰਮ ਨਾ ਕਰੇ। ਔਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਦੀ ਮਨਸ਼ਾ ਜਾਂ ਤਾਂ ਗੁਰਦੁਆਰਾ ਸਾਹਿਬ ਨੂੰ ਲੰਗਰ ਤੋਂ ਈਰਖਾ ਜਾਂ ਗੁਰਦੁਆਰਾ ਸਾਹਿਬ ਤੋਂ ਜਾਂ ਸਿੱਖ ਸਮਾਜ ਤੋਂ ਜਾਂ ਕਿਸ ਤਰ੍ਹਾਂ ਦੀ ਇਹਦੇ ਬਾਰੇ 'ਚ ਕਹਿਣਾ ਬੜਾ ਔਖਾ ਹੈ, ਪਰ ਕੋਈ ਈਰਖਾ ਦੇ ਕਾਰਨ ਜਾਂ ਜਾਣ ਬੁੱਝ ਕੇ ਕੋਈ ਸ਼ਰਾਰਤ ਕਰਦਾ ਪਿਆ ਹੈ ਇਹ ਅਜੇ ਸਾਹਮਣੇ ਗੱਲ ਨਹੀਂ ਆ ਸਕੀ। ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੇ ਗੁਰੂ ਦੇ ਲੰਗਰ ਸਾਰਿਆਂ ਲਈ ਨੇ ਅਤੇ ਲੰਗਰ ਦੀ ਸੇਵਾ ਵਿੱਚ ਵੀ ਹਰ ਕੋਈ ਆਪਣਾ ਯੋਗਦਾਨ ਪਾ ਸਕਦਾ, ਪਰ ਇਸ ਘਟਨਾ ਤੋਂ ਬਾਅਦ ਲੰਗਰ ਹਾਲ ਉੱਤੇ ਵੀ ਸੁਰੱਖਿਆ ਵਧਾਉਣੀ ਪਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਗਰ ਵਿੱਚ ਰਸਦ ਦੀ ਸਮੱਗਰੀ ਕਿਸੇ ਪੈਕਟ ਵਿੱਚ ਹੀ ਦੇਣ, ਗੁਰਦੁਆਰੇ ਵਿੱਚ ਖੁੱਲ੍ਹਦਾ ਰਸਦ ਮਨਜ਼ੂਰ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੰਗਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਉਹਨਾਂ ਕਿਹਾ ਕਿ ਲੰਗਰ ਦੀ ਚੈਕਿੰਗ ਲਈ ਵੀ ਜ਼ਿਆਦਾ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਕਮਲ ਕੁਮਾਰ ਕੰਸਲ, ਜਗਬਾਣੀ TV।